ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦੀਪਕ ਕੁਮਾਰ ਅੰਮ੍ਰਿਤਸਰ ਵਾਕਿੰਗ ਟੂਰ ਦੇ ਵੱਲੋਂ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਅੱਜ ਇੱਕ ਨਵੀਂ ਐਪੀਸੋਡ ਦੇ ਵਿੱਚ। ਦੋਸਤੋ, ਅੱਜ ਇੱਕ ਨਵੀਂ ਐਪੀਸੋਡ ਦੇ ਵਿੱਚ ਅਸੀਂ ਅੰਮ੍ਰਿਤਸਰ ਸ਼ਹਿਰ ਤੋਂ ਤਕਰੀਬਨ 12 ਕਿਲੋਮੀਟਰ ਦੂਰ ਇੱਕ ਅਜਿਹੇ ਪਾਵਨ ਅਤੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਾਂਗੇ ਜਿਸ ਦਾ ਇਤਿਹਾਸ ਭਗਵਾਨ ਸ਼੍ਰੀ ਵਾਲਮੀਕ ਜੀ ਅਤੇ ਸ਼੍ਰੀ ਰਾਮ ਚੰਦਰ ਜੀ ਦੇ ਨਾਲ ਜੁੜਿਆ ਹੋਇਆ ਹੈ। ਦੋਸਤੋ, ਮੈਂ ਗੱਲ ਕਰ ਰਿਹਾ ਹਾਂ ਸ਼੍ਰੀ ਰਾਮ ਤੀਰਥ ਅਸਥਾਨ ਦੀ, ਜੋ ਕਿ ਅੰਮ੍ਰਿਤਸਰ ਸ਼ਹਿਰ ਤੋਂ ਤਕਰੀਬਨ 12 ਕਿਲੋਮੀਟਰ ਦੂਰ ਹੈ। ਅਤੇ ਚਲੋ ਕਰਦੇ ਹਾਂ ਇਸ ਪਾਵਨ ਅਤੇ ਪਵਿੱਤਰ ਅਸਥਾਨ ਦੇ ਦਰਸ਼ਨ ਅਤੇ ਜਾਣਦੇ ਹਾਂ ਇੱਥੋਂ ਦਾ ਇਤਿਹਾਸ ਅੰਮ੍ਰਿਤਸਰ ਵਾਕਿੰਗ ਟੂਰ ਦੇ ਨਾਲ। ਰਾਮ ਤੀਰਥ, ਜਿਸਨੂੰ ਕਿ ਭਗਵਾਨ ਵਾਲਮੀਕ ਤੀਰਥ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ, ਅੰਮ੍ਰਿਤਸਰ ਸ਼ਹਿਰ ਤੋਂ ਤਕਰੀਬਨ 15 ਕਿਲੋਮੀਟਰ ਦੂਰੀ 'ਤੇ ਸਥਿਤ ਇੱਕ ਬਹੁਤ ਹੀ ਪਾਵਨ ਅਤੇ ਪਵਿੱਤਰ ਅਸਥਾਨ ਹੈ। ਇਹ ਪਾਵਨ ਅਤੇ ਪਵਿੱਤਰ ਅਸਥਾਨ ਲਵ ਕੁਸ਼ ਦੀ ਜਨਮ ਭੂਮੀ, ਮਾਤਾ ਸੀਤਾ ਦੀ ਕਰਮ ਭੂਮੀ ਅਤੇ ਭਗਵਾਨ ਵਾਲਮੀਕ ਜੀ ਦੀ ਤਪੋ ਭੂਮੀ ਹੈ। ਇਸੇ ਅਸਥਾਨ 'ਤੇ ਹੀ ਮਾਤਾ ਸੀਤਾ ਜੀ ਨੇ ਵਨਵਾਸ ਮਿਲਣ ਤੋਂ ਬਾਅਦ ਭਗਵਾਨ ਸ਼੍ਰੀ ਵਾਲਮੀਕ ਜੀ ਦੇ ਆਸ਼ਰਮ ਵਿੱਚ ਸ਼ਰਣ ਲਈ ਸੀ ਅਤੇ ਸ਼੍ਰੀ ਰਾਮ ਚੰਦਰ ਜੀ ਦੇ ਪੁੱਤਰਾਂ ਲਵ ਅਤੇ ਕੁਸ਼ ਨੂੰ ਜਨਮ ਵੀ ਦਿੱਤਾ ਸੀ। ਇਸ ਸਥਾਨ 'ਤੇ ਹੀ ਮਾਤਾ ਸੀਤਾ ਜੀ ਧਰਤੀ ਦੇ ਵਿੱਚ ਸਮਾ ਗਏ, ਜਿਸ ਤੋਂ ਬਾਅਦ ਹਨੂੰਮਾਨ ਜੀ ਵੱਲੋਂ ਮਾਤਾ ਸੀਤਾ ਦੀ ਭਾਲ ਦੇ ਵਿੱਚ ਧਰਤੀ ਦੇ ਉੱਤੇ 2.5 ਟੱਬ ਮਾਰੇ ਗਏ। ਇਸੇ ਜਗ੍ਹਾ 'ਤੇ ਅੱਜ ਬਹੁਤ ਵੱਡਾ ਸਰੋਵਰ ਸਥਿਤ ਹੈ, ਜਿਸ ਵਿੱਚ ਲੋਕ ਦੂਰੋਂ ਦੂਰੋਂ ਆ ਕੇ ਇਸ਼ਨਾਨ ਕਰਦੇ ਹਨ। ਹਰ ਸਾਲ ਕੱਤਕ ਦੀ ਪੂਰਨਮਾਸ਼ੀ ਨੂੰ ਦੀਵਾਲੀ ਤੋਂ ਲਗਭਗ 15 ਦਿਨਾਂ ਬਾਅਦ ਇੱਕ ਭਾਰੀ ਮੇਲਾ ਲੱਗਦਾ ਹੈ, ਜਿਸ ਵਿੱਚ ਹਜ਼ਾਰਾਂ ਲੱਖਾਂ ਦੀ ਸੰਖਿਆ ਵਿੱਚ ਦੂਰੋਂ ਦੂਰੋਂ ਸ਼ਰਧਾਲੂ ਆ ਕੇ ਆਪਣੀ ਮਨੋਕਾਮਨਾ ਦੇ ਲਈ ਅਰਦਾਸ ਕਰਦੇ ਹਨ। ਇਸ ਜਗ੍ਹਾ 'ਤੇ ਮਾਤਾ ਸੀਤਾ ਜੀ ਇਸ਼ਨਾਨ ਕੀਆ ਕਰਦੇ ਸਨ ਅਤੇ ਆਪਣੇ ਪੁੱਤਰਾਂ ਲਵ ਅਤੇ ਕੁਸ਼ ਦੇ ਕੱਪੜੇ ਧੋਇਆ ਕਰਦੇ ਸਨ। ਇਸ ਅਸਥਾਨ 'ਤੇ ਭਗਵਾਨ ਸ਼੍ਰੀ ਵਾਲਮੀਕ ਜੀ ਭਗਤੀ ਅਤੇ ਤਪ ਕੀਆ ਕਰਦੇ ਸਨ। ਲੋਕ ਦੂਰੋਂ ਦੂਰੋਂ ਆ ਕੇ ਇਸ ਪਾਵਨ ਪਵਿੱਤਰ ਅਸਥਾਨ 'ਤੇ ਮੱਥਾ ਟੇਕ ਕੇ ਆਪਣੀ ਮਨੋਕਾਮਨਾ ਦੀ
ਪੂਰਤੀ ਦੇ ਲਈ ਪ੍ਰਾਰਥਨਾ ਕਰਦੇ ਹਨ। ਲੋਕਾਂ ਦੁਆਰਾ ਆਪਣੇ ਮਕਾਨ ਦੀ ਮਨੋਕਾਮਨਾ ਦੇ ਲਈ ਇਸ ਸਥਾਨ 'ਤੇ ਇੱਟਾਂ ਦੇ ਮਕਾਨ ਬਣਾ ਕੇ ਪ੍ਰਾਰਥਨਾ ਕੀਤੀ ਜਾਂਦੀ ਹੈ। ਇਸ ਪਾਵਨ ਅਤੇ ਪਵਿੱਤਰ ਅਸਥਾਨ 'ਤੇ ਹੀ ਲਵ ਅਤੇ ਕੁਸ਼ ਨੇ ਭਗਵਾਨ ਸ਼੍ਰੀ ਵਾਲਮੀਕ ਜੀ ਤੋਂ ਸ਼ਸਤਰ ਵਿੱਦਿਆ ਪ੍ਰਾਪਤ ਕੀਤੀ। ਇਸ ਵਰਿਕਸ਼ ਦੇ ਨਾਲ ਹੀ ਲਵ ਅਤੇ ਕੁਸ਼ ਨੇ ਰਾਮ ਚੰਦਰ ਜੀ ਦੇ ਘੋੜੇ ਨੂੰ ਬੰਨਿਆ ਸੀ। ਇਹ ਘੋੜਾ ਅਸ਼ਵਮੇਘ ਯੱਗ ਕਰਨ ਤੋਂ ਬਾਅਦ ਸ਼੍ਰੀ ਰਾਮ ਚੰਦਰ ਜੀ ਵੱਲੋਂ ਛੱਡਿਆ ਗਿਆ ਸੀ, ਜਿਸ ਨੂੰ ਫੜਨ ਤੋਂ ਬਾਅਦ ਸ਼੍ਰੀ ਰਾਮ ਚੰਦਰ ਜੀ ਦੀ ਸੈਨਾ ਅਤੇ ਲਵ ਕੁਸ਼ ਦੇ ਵਿਚਕਾਰ ਬਹੁਤ ਵੱਡਾ ਯੁੱਧ ਹੋਇਆ, ਜਿਸ ਵਿੱਚ ਲਵ ਅਤੇ ਕੁਸ਼ ਨੇ ਵਿਜੇ ਪ੍ਰਾਪਤ ਕੀਤੀ।